ਜਿੱਦਾਂ ਜੀ ਆਪਣੇ ਡਡਿਆਲ, ਅੱਜ ਡਡਿਆਲ ਲੈਂਦਾ ਜਿਹੜਾ ਮਹਿੰਗਾ ਸੋ ਮਹਿੰਗਾ ਕੱਪੜਾ ਤੱਕੀ ਨਹੀਂ ਉਹ ਵੀ ਜਾਣਾ ਫੈਂਸੀ ਉਸ ਬਾਅਦ ਜਾਣਾ ਡਿਜ਼ਾਇਨ ਚੈੱਕ ਕਰੋ ਇਹ ਸਹੀ ਜਾਣਾ ਕੋਈ ਚਾਹੀਦੇ ਸਨ ਬਾਕੀ ਸਫ਼ਰ ਮਹਿਸ਼ ਕੀਤੀ ਸੀ ਕਿ ਦੱਸੋ ਹੈਵੀ ਕੱਪੜੇ ਇਹ ਉਹ ਜਾਣਾ 13.5 ਦਾ ਨਾਮ ਹੈ ਉਸ ਤੋਂ ਬਾਅਦ ਜਾਣਾ ਸ਼ੀਸ਼ੇ ਨਹੀਂ ਬਾਕੀ ਮੋਦੀ ਸਤਾਰੇ ਲੱਗੇ ਚੈੱਕ ਕਰਾਉਣਾ ਔਰ ਇਹ ਵੀ ਸੂਟ ਚੱਕ ਕੇ ਰਿਮਸ਼ਾ ਨੇ ਚਾਚਾ ਸੁਣਾ ਕਿਆ ਨਾਮ ਹੈ ਨਾਂ ਕਿਆ ਵੈ ਨਾਮ ਮੇਰਾ ਕਾਲਾ ਖਾਨ ਅੱਛਾ ਇਹ ਉਸ ਰੱਖਿਆ ਕਾਲਾ ਇਹ ਮਾਂ ਪਿਓ ਨਹੀਂ ਆਹਾਂ ਅਸਲ ਨਾਂ ਹੀ ਆਈ ਹੈ ਨਾਂ ਤੇ ਨਿਆਜ਼ ਹੈ ਮੇਰਾ ਅੱਛਾ ਨਿਆਜ਼ ਹੈ ਤੇ ਲਾਡਾ ਦਾ ਕਾਲਾ ਪੀ ਐਚ ਡੀ ਅੱਛਾ ਤੇ ਇਹਨੂੰ ਜਨਾਬ ਹੈਗਾ ਪੜ੍ਹਾਈ ਵਾਲਾ ਕੰਮ ਬੇਕਾਰ ਹੈ ਤੇ ਇਹ ਕੰਮ ਮੈਨੂੰ ਪਸੰਦ ਆਇਆ ਤੱਕਣ ਮਿਹਨਤ ਹੈ ਜੀ ਫਿਰ ਇੱਥੇ ਆ ਗਿਆ ਇਹ ਹੈ ਨੌਕਰੀਆਂ ਲੱਭਣੀਆਂ ਕੋਈ ਵੈਸੇ ਵੀ ਭਰਾ ਮਾੜਾ ਹੀ ਗੱਲ ਹੈ ਪੀ ਐਚ ਡੀ ਕੀਤੀ ਉਹਨੇ ਇਹ ਹੈ ਗੱਲ ਹੈ ਪੀ ਐਚ ਡੀ ਭਾਈ ਰੰਗਤੀ ਤੱਕਣ ਮਿਹਨਤ ਕਰੀ ਆਪਣੇ ਡਡਿਆਲ ਬਾਜ਼ਾਰ ਅੱਜ ਤੱਕ ਕਿਸੇ ਆਖਰੀ ਦਿਹਾੜਾ ਹੈ ਕੱਲ੍ਹ ਜੁਮਾ ਤਾਂ ਬਾਜ਼ਾਰ ਹੀ ਅਸੀਂ ਬੰਦ ਇਸ ਟਾਈਮ ਆਵਾਮ ਸ਼ਾਪਿੰਗ ਵਗੈਰਾ ਕਰੀ ਰਿਹਾ ਤੱਕਣ ਆਈ ਗਿਆ ਜਾਮਨੂੰ ਕਿਆ ਬਾਤ ਹੈ ਜੀ ਹਾਂਜੀ ਭਾਈ ਡੀ ਫੈਮਲੀ ਜਾਮਨੂੰ ਆਈ ਗਿਆ ਸੀਜ਼ਨ ਆਈ ਗਿਆ ਜਾਮਨੂੰ ਨਾ ਬਾਕੀ ਜਿਹੜਾ ਜਾਮਨੂੰ ਕਿੰਨੇ ਆ ਭਾਈ ਹਾਂਜੀ ਬਿਸਮਿਲ੍ਲਾਹਿ ਰਹਿਮਾਨਿਰਹੀਮ ਅਸਲਾਮ ਵਾਲੇਕੁਮ ਭਾਈ ਡੀ ਫੈਮਲੀ ਅਮੀਰ ਕਹਿੰਦਾ ਕਿ ਸਾਰੇ ਭੈਣ ਅਸਲਾਮ ਜੀ ਅਮੀਰ ਕਹਿੰਦਾ ਕਿ ਸਾਰੇ ਭੈਣ ਭਰਾ ਠੀਕ ਠਾਕ ਇਸ ਮਾਨ ਇਸ ਮਹਿਮਾਨ ਗਲਾਮ ਸਵਾਲ ਸੁਣੀ ਆ ਰਿਹਾ ਸੀ ਅਸੀਂ ਨਵੀਂ ਡਿਗਣੀ ਹਾਂ ਜੀ ਮੈਂ ਯੂਟੀਊਬ ਫੈਮਲੀ ਮੌਜੂਦ ਹਾਂ ਆਪਣੇ ਡਡਿਆਲ ਸੁਬਹ ਟਾਈਮ ਹੈ ਆਈ ਕੈਂਡੀ ਬਾਜ਼ਾਰ ਜੈਸੇ ਸੇ ਬਾਇਆ ਸੀ ਕਿ ਮੋਟਰਸਾਈਕਲ ਨੇ ਗਿਆ ਨੁਕਸਾਨ ਅਤੇ ਅੱਜ ਮੋਟਰਸਾਈਕਲ ਨੁਕਸਾਨਾ ਤਿਆਰ ਕੋਈ ਬ੍ਰੇਕ ਬੱਤੀ ਕਿੰਨੀ ਹੈ ਇਸ਼ਾਰਾ ਕਿੰਨਾ ਅਤੇ ਹੋਰ ਚੀਜ਼ਾਂ ਕਿੰਨੀਆਂ ਹਨ ਅਤੇ ਇਸ ਟਾਈਮ ਮਿਲੇ ਹੈ ਭਾਈ ਦੋਨੋਂ ਮਣੇ ਦੁਕਾਨਾਂ ਪਰ ਅਤੇ ਚੀਜ਼ਾਂ ਵਗੈਰਾ ਕਿੰਨੇ ਆ ਆਈ ਹੋਪ ਹਨ ਮੁਲਾਕਾਨੀ ਵੀ ਕਾਫੀ ਚਾਹੁੰਦੇ ਸੀ ਅੱਜ ਅੱਜ ਮਰਾਤ ਅਤੇ ਤਮਾਮ ਹੈ ਤੁਮਾਰਾ ਕਿ ਤਮਾਮ ਮੈਂ ਯੂਟੀਊਬ ਫੈਮਲੀ ਦੀ ਜਮਾ ਬਾਰੇ ਦਾ ਹੈ ਦੁਆਈ ਵੀ ਆ ਕੇ ਅਤੇ ਅੱਜ ਨਾ ਕਰਨੇ ਦੀ ਬਲਾਗ ਹਾਂਜੀ ਮੈਂ ਯੂਟੀਊਬ ਫੈਮਲੀ ਮੌਜੂਦ ਹਾਂ ਜੀ ਆਪਣੇ ਪੱਟੀ ਚੌਕ ਮੋਟਰਸਾਈਕਲਾਂ ਦਾ ਸਮਾਨ ਜਿਹੜਾ ਚਾਹੀਦਾ ਜਿਹੜਾ ਨੁਕਸਾਨ ਆ ਇਸ ਟਾਈਮ ਫਰੈਸ਼ ਬੇਗ ਨੇ ਬਾਹਰ ਮੌਜੂਦ ਹਾਂ ਭਾਈ ਹੁਰੂ ਵਾਲੀ ਦੁਕਾਨਾਂ ਪਰ ਆਈ ਗਿਆ ਤਾਂ ਕੋਣਾ ਇਹ ਡਡਿਆਲ ਨਹੀਂ ਬਹੁਤ ਹੀ ਪੁਰਾਣੀ ਦੁਕਾਨ ਇਹਨਾਂ ਨੇ ਦਾਦੇ ਰਾਣੀ ਇਸ ਟਾਈਮ ਇਹਨਾਂ ਮੋਟਰਸਾਈਕਲਾਂ ਦਾ ਸਮਾਨ ਆਈ ਗਿਆ ਇਸ ਟਾਈਮ ਮੌਜੂਦ ਹਾਂ ਜੀ ਸਰਦਾਰ ਮੋਰ ਇਹਨਾਂ ਕੋਲ ਜਿਹਨਾਂ ਨਾਲ ਰਕਸ਼ੇ ਵਗੈਰਾ 'ਚ ਨੇ ਤਾਂ ਕੋਣਾ ਰੇਹੜੀਆਂ ਵੇਚਣੀਆਂ ਅਤੇ ਹੁਣ ਇਹ ਰਕਸ਼ਾ ਇਹ ਜਿਹਨਾਂ ਨਾਲ ਫਾਰ ਸੇਲ ਕਰ ਸਨ ਇਹ ਵੀ ਤਾਂ ਕੋਈ ਇਹਨਾਂ ਕੋਲ ਲੈਵ ਹੈ ਤਰੈ ਸੀਟਰ ਹੈ ਹਾਲੀਕ ਹੈ ਛੱਤ ਛੱਤ ਪੇ ਸੀ ਤਾਂ ਕੋਈ ਬੰਦਾ ਕਰੀ ਸੀ ਤਾਂ ਤਿਆਰ ਕਰੀ ਸੀ ਤਾਂ ਇਹ ਤਾਂ ਕੋਣਾ ਇਹ ਮੋਟਰਸਾਈਕਲ 'ਚ ਨੇ ਇਹਨਾਂ ਕੋਲ ਫੇਰੀਆਂ ਨੇ ਕੁਛ ਨੇ ਉਸ ਤੋਂ ਬਾਅਦ ਜਿਹੜਾ ਸਮਾਨ ਜਿਹੜਾ ਇਹਨਾਂ ਇਕੱਠਾ ਕਰਤੇ ਨਾਲ ਲੋਇਆ ਉਹ ਇੰਨਾ ਹੀ ਦੇਣੇ ਤਾਂ ਪੈਸੇ ਗਿਣੀ ਜਾਣੇ ਤਾਂ ਅੱਗੇ ਇਹ ਚੀਜ਼ਾਂ ਲੈ ਆਉਂਦੇ ਹਾਂ ਚਾਚਾ ਹੈ ਲਾਲਾ ਸਿਹਤ ਕੈਸੀ ਹੈ ਇਹ ਤਾਂ ਕੋਣ ਮਾਲ ਰੱਖਿਆ ਨੇ ਜੀ ਠੀਕ ਹੈ ਗਿਆ ਬਾਸਕਿਟ ਬਿਨ ਸ਼ਿਨ ਮੱਪ ਵਾਈਪਰ ਵਗੈਰਾ ਤਾਂ ਇਹ ਕਿੱਥੋਂ ਲੈ ਆਉਂਦੇ ਹੋ ਇਹ ਗੁਜਰਾਤ ਗੁਜਰਾਂ ਵਾਲੇ ਤੋਂ ਤਾਂ ਕੋਣ ਗੁਜਰਾਤ ਗੁਜਰਾਂ ਨੇ ਜੀ ਕੱਪ ਇਹ ਵੀ ਗੁਜਰਾਤ ਤੋਂ ਜਿਹੜਾ ਉਲਾ ਵਕਤ ਜਾਣਾ ਸੀ ਖੋਤੀਆਂ ਉੱਪਰ ਜਾਣਾ ਕੱਪ ਸ਼ੱਪ ਵੇਚਣੇ ਨੇ ਸੁਣਿਆ ਜੀ ਇਹ ਗੱਲ ਹੈ ਅੱਲਾ ਹੋਰ ਤਰੱਕੀਆਂ ਦੇਣੇ ਜੀ ਠੀਕ ਹੈ ਜੀ ਵਕਤ ਵਕਤ ਨਹੀਂ ਗੱਲ ਹੈ ਜੀ ਬ੍ਰਾਹਮਣਾ ਤੱਕਣਾ ਗੁਬੜੀਆਂ ਖਾਲੀ ਰੱਖੀਆਂ ਮੈਂ ਪੈਸੇ ਪੇ ਵਿੱਚ ਪੈਸੇ ਅਸੀਂ ਪਾਉਣੇ ਆ ਜੀ ਠੀਕ ਹੈ ਜੀ ਗੁਬੜੀ ਕਿਸ ਤਰ੍ਹਾਂ ਲੈਣੀ ਅੱਜ ਕੱਲ੍ਹ 100 ਰੁਪਏ ਨਹੀਂ ਠੀਕ ਹੈ ਜੀ ਭਰਾ ਮਾੜਾ ਹੈ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਇਹ ਹੁਣ ਸਮਾਨ ਅੱਗਾ ਦੇਸਨ ਲੋਇਆ ਸ਼ੋਇਆ ਦਾ ਫਿਰ ਅੱਗੇ ਪੈਸੇ ਕਿੰਝ ਮਾਲਕ ਅੱਲਾ ਵਿੱਚ ਕੋਈ ਸ਼ੱਕ ਨਹੀਂ ਹਾਂਜੀ ਮੈਂ ਯੂਟੀਊਬ ਫੈਮਲੀ ਇਸ ਟਾਈਮ ਆਈ ਜੇ ਜੀ ਆਪਣੇ ਭਰਾਵਾਂ ਕੋਲ ਅਤੇ ਨਾਲ ਹੀ ਚਾਚਾਰ ਬੈਠੇ ਵੇ ਅਤੇ ਇੱਥੇ ਮੈਂ ਸੋਚਿਆ ਕਿ ਆਪਣੀ ਯੂਟੀਊਬ ਫੈਮਲੀ ਦੱਸਾਂ ਨਾ ਜਿੱਥੇ ਸਕ੍ਰੈਚ ਵਗੈਰਾ ਸੇਲ ਹੋਏ ਨਾਮ ਅਤੇ ਇਸ ਟਾਈਮ ਤੱਕ ਕਿਸੇ ਨੇ ਮਾਸ਼ਾ ਅੱਲਾ ਰੌਣਕ ਲੱਗੀ ਵੀ ਹੈ ਸਲਾਮ ਵਾਲੇਕਮ ਚਾਚਾ ਕੀ ਹਾਲ ਹੈ ਠੀਕ ਹੋ ਹਟਦਾ ਹੈ ਸਿਹਤ ਕੈਸੀ ਹੈ ਚਾਚਾ ਸੁਣਾ ਕਿਆ ਨਾਮ ਹੈ ਨਾਂ ਕਿਆ ਵੈ ਨਾਮ ਮੇਰਾ ਕਾਲਾ ਖਾਨ ਅੱਛਾ ਇਹ ਉਸ ਰੱਖਿਆ ਕਾਲਾ ਪੈਂਤਾਲੀ ਸਾਲ
42 ਸਾਲ ਸੋਰੀ ਅੱਛਾ ਤਾਂ ਕਹਿਣ ਕਿ ਮਾਲ ਤੁਹਾਡਾ ਕਿੱਥੋਂ ਕਿੱਥੋਂ ਆਉਂਦਾ ਤੇ ਕਿੱਥੇ ਕਿੱਥੇ ਜਾਂਦਾ ਹੈ ਲਾਹੌਰ ਹੀ ਜਾਂਦਾ ਅੱਛਾ ਹਰ ਸ਼ਹਿਰ ਲੈਂਦੇ ਹੋ ਤੇ ਵਿਕ ਜਾਂਦੀ ਹੈ ਜੀ ਠੀਕ ਹੈ ਯਾਨੀ ਭਰਾ ਮਾਲਾ ਕੀ ਹਾਲ ਹੈ ਠੀਕ ਹੋ ਹੈ ਸਿਹਤ ਕੈਸੀ ਹੈ ਮਾਸ਼ਾ ਲੈ ਜੀ ਪੱਖੇ ਹੱਡ ਬੈਠੇ ਧੱਕਾਉਣਾ ਇਹ ਥਾਣੇ ਮਾਲਕ ਨਮ ਠੀਕ ਹੈ ਗਿਆ ਜੀ ਇੱਧਰ ਸਾਡੇ ਭਰਾ ਬੈਠੇ ਵੇ ਹੋਰ ਹੈੜੀ ਦੇ ਸਿਹਤ ਕੈਸੀ ਹੈ ਠੀਕ ਹੈ ਗਿਆ ਜੀ ਇੱਧਰ ਤੱਕਾਉਣਾ ਮਾਸ਼ਾ ਲਾ ਸਾਰੇ ਭਰਾ ਕੰਮ ਕਰੀ ਰਹੇ ਤੇ ਇਹ ਮੈਨ ਕੌਂਟਰਾ ਪੱਖਾ ਸ਼ਕਾ ਲੱਗੇ ਆ ਤੱਕਾਉਣ ਇੱਧਰ ਭਾਈ ਯਾਰ ਬੈਠੇ ਵੇ ਦੱਸੋ ਨਾ ਅੱਛਾ ਹੁਣ ਦਿਲਾਂ ਗੁਲਦਾਮਾ ਹੀ ਫਿਰਾਂ ਅੱਛੋ ਠੀਕ ਹੈ ਗਿਆ ਮੋਬਾਈਲ ਹੀ 3 ਲੱਖ ਨਾ ਹੋਵੇ ਅੱਛਾ ਜੀ ਇਹ ਸਮਾਨ ਸਾਰਾ ਇਹਨਾਂ ਕੋਲ ਲੱਭੀ ਜਾ ਸੀ ਤੁਸੀਂ ਕਿ ਚੀਜ਼ ਨਹੀਂ ਹੋਵੇ ਕਾਰ ਹੀ ਨਹੀਂ ਤੇ ਇਹ ਜਣਾ ਉਹ ਸੈਟਅਪ ਕਿਤੇ ਨੇ ਚੀਜ਼ ਲੱਭੀ ਜਾਣੀ ਹੈ ਬਾਕੀ ਕੋਈ ਸਾਈਕਲ ਨਵੀਂ ਭੱਜੀ ਜਾ ਕੋਈ ਟਾਇਰ ਚੇਂਜ ਨਾ ਹੋਇਆ ਐਕਸਟਰਾ ਲੱਭੀ ਜਾ ਸੀ ਉਸ ਤੋਂ ਬਾਅਦ ਤਾਂ ਕੋਈ ਨਾ ਸਕ੍ਰੈਚ ਰੱਖਿਆ ਤਾਂ ਸਾਰਾ ਸਿਸਟਮ ਗੇਟ ਸ਼ੀਟ ਸਭ ਬੰਨੇ ਜਾਲੀਆਂ ਚੇਂਜ ਹੋਣ ਅਤੇ ਇਹ ਵੇਚੀ ਤਾਂ ਨੇਤ ਹੈ ਉਸ ਤੋਂ ਬਾਅਦ ਤਾਂ ਕੋਈ ਸਮਾਨ ਤਿਆਰ ਹੋਣਾ ਪਿਆ ਇਹ ਹੁਣ ਜਾ ਸੀ ਹੈਗਾ ਹਾਂ ਜੀ ਲਾਲਾ ਇਹ ਬੰਦਾ ਜੀ 12 ਜਮਾਤ ਪਾਸ ਹੈ ਮਾਸ਼ਾ ਅੱਲਾ ਤੇ ਇਹਨੂੰ ਪੜ੍ਹਾਈ ਤੋਂ ਇਹ ਕੰਮ ਜ਼ਿਆਦਾ ਇਹਨੂੰ ਪਸੰਦ ਆਇਆ ਅੱਛਾ ਪੀਐਚਡੀ ਹੈ ਪੀਐਚਡੀ ਅੱਛਾ ਮਿਹਨਤ ਕਰੀ ਰਿਹਾ ਆਪਣੀ ਠੀਕ ਹੈ ਜੀ ਹੁਣ ਇੱਥੇ ਕਿਆ ਕਰ ਰਹੇ ਹੋ ਕਿਆ ਕੋਈ ਚੀਜ਼ ਕੱਢੀ ਰਹੇ ਹੋ ਅੱਛਾ ਬੋਤਲਾਂ ਸਾਫ਼ ਕਰੀ ਰਹੇ ਹੋ ਜੀ ਇਹ ਅੱਗੇ ਹੁਣ ਜਾਸੀ ਲੋਰ ਅੱਗੇ ਪਿੱਛੇ ਜੀ ਠੀਕ ਹੈ ਜੀ ਅੱਗੇ ਕਿਆ ਕਰਨੇ ਸੀ ਸਾਫ਼ ਕਰਨੇ ਯਾ ਅੱਛਾ ਨਵਾਂ ਤਿਆਰ ਕਿਤੇ ਨਾ ਜੀ ਠੀਕ ਹੈ ਜੀ ਤੱਕਾਉਣਾ ਕਿਆ ਬਾਤ ਹੈ ਤਾਂ ਬਾਕੀ ਕੋਈ ਐਸੀ ਚੀਜ਼ ਹੋਵੇ ਸੁਣੀ ਕਿਸਮਤ ਜਾਗੀ ਹੋਵੇ ਕੋਈ ਚੀਜ਼ ਚੰਗੀ ਲੱਭੀ ਹੋਵੇ ਕੀਮਤੀ ਯਾਰ ਹਜੇ ਤੀਕਰ ਤੇ ਕੋਈ ਨਹੀਂ ਆਇਆ ਹਜੇ ਤੇ ਮਜ਼ਦੂਰੀ ਕਰ ਰਹੇ ਆ ਹਾਂ ਤੇ ਜਦੋਂ ਕਿਤੇ ਲੱਭੀ ਅੱਲਾ ਹਰ ਕਿਸੇ ਜ਼ਰੂਰ ਤੁਹਾਡਾ ਰੱਬ ਠੀਕ ਹੈ ਜੀ ਅੱਛਾ ਜੀ ਇਸ ਕਮੇ ਬੜਾ ਫਾਇਦਾ ਵੀ ਹੈਗਾ ਭਰਾ ਮਾੜਾ ਕਿਸ ਲੈ ਲਓ ਅੱਜ ਕੱਲ੍ਹ ਕਿਲੋ 120 ਰੁਪਏ ਕਿਲੋ ਹੈ ਨੀ ਠੀਕ ਹੈ ਜੀ ਤੇ ਇਹ ਪੂਰੇ ਡਡਿਆਲ ਵਿੱਚ ਕੋਈ ਬੰਦਾ ਫੇਰੀ ਲਿਆ ਤਾਂ ਕੋਨਾ ਕੋਲ ਆਈ ਰਹੇ ਫੇਰੀ ਵਾਲੇ ਅੱਗੋਂ ਪਿੱਛੋਂ ਗ੍ਰਾਮ ਵਿੱਚ ਜਾਣਾ ਇਕੱਠਾ ਕਰੀ ਤਾਂ ਇੱਥੇ ਦੇਣੇ ਨੇ ਕਿ ਅੱਗੋਂ ਉਹ ਦੇਣ ਅੱਗੋਂ ਦੇਣੇ ਜਿਹੜਾ 100 ਰੁਪਇਆ ਤਾਂ ਇੱਥੇ ਅਸੀਂ ਭੇਜਣੇ 120 ਜਾਂ 130 ਰੁਪਇਆ 20-30 ਰੁਪਏ ਪ੍ਰੋਫਿਟ ਕਰਨੇ ਤਾਂ ਬਾਕੀ ਜਿਹੜਾ ਇਹਨਾਂ ਕੋਲ ਹਰ ਚੀਜ਼ ਪਈ ਵੀ ਹੈ ਹਰ ਕਿਸਮ ਵਰਾਇਟੀ ਨਹੀਂ ਤੱਕ ਹੋਣਾ ਮਸ਼ੀਨਾਂ ਪੁਰਾਣੀਆਂ ਤਾਂ ਇਹ ਕਹਿੰਦਾ ਕਿਆ ਚੀਜ਼ ਹੈ ਪ੍ਰੈਸ ਹੈ ਸੋਰੀ ਆ ਇਹ ਮਸ਼ੀਨ ਪਈ ਹੈ ਇਹ ਲੋਹਾ ਪ੍ਰੈਸ ਕਰਨੀ ਹੈ ਜਿਹੜਾ ਤੱਕ ਹੋਣਾ ਪੀਸ ਬਿਸਕਟ ਬਣਾਉਣੀ ਹੈ ਜੀ ਠੀਕ ਹੈ ਜੀ ਬਿਸਕਟ ਬਣਾ ਦਿੰਦੀ ਹੈ ਠੀਕ ਹੋ ਗਿਆ ਜੀ ਠੀਕ ਹੋ ਗਿਆ ਤੇ ਸਮ ਟਾਈਮ ਇਹਨਾਂ ਕੋਲ ਇਹ ਵੀ ਹੈ ਨਾ ਕਿ ਚੰਗੀ ਚੰਗੀ ਵਧੀਆ ਚੰਗੀ ਮਹਿੰਗੀ ਚੀਜ਼ ਆਈ ਜਾਣੀ ਹੈ ਉਹ ਕਿਸਮਤ ਨਹੀਂ ਗੱਲ ਹੈ ਸਮ ਟਾਈਮ ਹੈ ਨਾ ਕਿ ਕਚਰਾ ਇਕੱਠਾ ਕਰਨੇ ਨਾ ਅਤੇ ਇਹਨਾਂ ਕੋਲ ਜਿਹੜਾ ਨਾ ਮਹਿੰਗੀ ਵੀ ਚੀਜ਼ ਆਈ ਜਾਣੀ ਇਹ ਗੱਲ ਹੈ ਲਾਲਾ ਤਾਂ ਕੌਣ ਕਿਆ ਬਾਤ ਮਿਹਰਬਾਨੀ ਮਿਹਰਬਾਨੀ ਬਹੁਤ ਸ਼ੁਕਰੀਆ ਇਹ ਸਾਰੇ ਇੱਥੇ ਡਡਿਆਂ ਵਾਲੇ ਬੰਦੇ ਨੇ ਇਹ ਉਹਨਾਂ ਜਿਹੜਾ ਸਿਸਟਮ ਹੈ ਇੱਥੇ ਡਰਮ ਦੇ ਨਾਲ ਅੱਛਾ ਜੀ ਇਸ ਟਾਈਮ ਆਈ ਗਏ ਆਪਣੇ ਪ੍ਰੋਕਲ ਅਤੇ ਇੱਥੇ ਜਿਹੜਾ ਕੰਮ ਕਰਾਉਣੇ ਆ ਮੋਟਰਸਾਈਕਲਾਂ ਨਾਲ ਮੋਟਰਸਾਈਕਲ ਲੈ ਕੇ ਗਈ ਸੀ ਨਜ਼ਰ ਬਾਕੀ ਮਾਸ਼ਾ ਅੱਲਾ ਤੱਕ ਹੀ ਸੁਣਿਓ ਚੀਜ਼ਾਂ ਕੀ ਨਹੀਂ ਹੁੰਦੀਆਂ ਅਲਹਮਦੁਲਿਲਾ ਤਾਂ ਉਸ ਤੋਂ ਬਾਅਦ ਜਿਹੜਾ ਹੁਣੇ ਲਵਾਉਣੇ ਆ ਬ੍ਰੇਕ ਬੱਤੀ ਇਸ਼ਾਰਾ ਅਤੇ ਬਾਕੀ ਜਿਹੜਾ ਇੱਕ ਭਲੇ ਹੈਗੀ ਸੀ ਜਿਹੜਾ ਸੈੱਟ ਕਰਾਉਣੇ ਸੀ ਜਿਹੜਾ ਸਿੱਧਾ ਵੀ ਕਰਾਸਾਂ ਧੱਕਾਉਣਾ ਅੱਛਾ ਇਹ ਸ਼ਾਪ ਲਾਉਣਾ ਵੈ ਇਸ਼ਾਰਾ ਨਵਾਂ ਆਉਂਦਾ ਇਹ ਅੱਛੀ ਕੁਆਲਿਟੀ ਲਾਉਂਦਾ ਉਸ ਤੋਂ ਬਾਅਦ ਜਿਹੜਾ ਰੋਜ਼ਾਨਾ ਕੰਮ ਤਾਂ ਨਹੀਂ ਨਹੀਂ ਅਗਲਾ ਬ੍ਰੇਕ ਬੱਤੀ ਚੰਗੀ ਕੁਆਲਿਟੀ ਨਹੀਂ 5.5 ਦੀਆਂ ਚੀਜ਼ਾਂ ਲੱਭੀਆਂ ਸਾਰੀਆਂ ਅਤੇ ਇਹ ਚੱਕ ਲਓ ਸਾਰੀ ਇਹ ਸਾਰੀਆਂ ਲਾਉਣੀਆਂ ਨਾ ਉਸ ਤੋਂ ਬਾਅਦ ਇਹ ਨਿੱਕੀਆਂ ਮੋਟੀਆਂ ਰਬੜਾਂ ਛਬੜਾਂ ਅਤੇ ਇਹ ਨਟ ਡੂਮਚੀ ਨੇ
ਨਾ ਧਾਗਾ ਤਾਂ ਨਹੀਂ ਮਾਰਨਾ, ਟੇਪ ਮਾਰਨਾ ਹਾਲਾ ਵਕਤੀ ਵਕਤੀ ਮਾੜੀ ਜੀ ਵਾਲਾ ਧਾਗੇ ਨਾ ਨਸਵਾਰ ਸਵਾਰ ਬੰਨੇ ਨੇ, ਚੱਟੀ ਛੱਡੀ ਬੰਨੇ ਨੇ ਤਾਂ ਕੋਣ ਹੈ ਜੀ। ਚਲੋ ਜੀ ਸੀਟ ਲਈ ਗਈ, ਆਏ ਜੀ ਡਿੰਗਾ ਆਈ ਗਿਆ ਸੀ ਤੇਰਾ ਬਾਹਰ ਕੱਢਣਾ ਮੈਂ, ਇਸ਼ਾਰਾ ਥਾਪਰ ਆਈ ਅਸੀਂ ਇਹ ਚੀਜ਼ ਕੱਢ ਦਿਓ। ਇਹ ਰਪਣਾ ਨਵੀਆਂ ਬਣੀ ਸੀ ਪਲੇ ਆਈ ਜੀ, ਆਏ ਸੈੱਟ ਮਾਰੋ ਅੰਦਰ ਅਤੇ ਉਹਦੀ ਸੈੱਟ ਬਾਹਰ ਆਈ ਅਸੀਂ। ਬਸ ਠੀਕ ਹੈ ਨਵੀਆਂ ਰਬੜਾਂ ਬਣੀਆਂ ਕਿੱਥੇ ਕਿਹਨੇ 2000-4500 ਪਈਆਂ ਰਬੜਾਂ ਕਿਹੜੀਆਂ ਹੈ ਜੀ ਨਾ। ਇਹ ਹੈਲੋ ਨਵੀਆਂ ਪਾਓ ਰਬੜਾਂ ਜੀ, ਥੋੜ੍ਹਾ ਥੋੜ੍ਹਾ ਵੀ ਲੋ ਇਹਨਾਂ ਰੱਖਿਆ ਪੂੜਾ ਠੀਕ ਨਹੀਂ ਹਾਂਜੀ ਪਿਛਲੀਆਂ, ਹਾਂ ਪਿਛਲੀਆਂ ਪਿਛਲੀਆਂ ਖਰਾਬ ਹਾਂ। ਤੁਹਾਨੂੰ ਮੰਮੀ ਕੀ ਵੀ ਜਾ ਜਾਏਗੀ ਥੋੜ੍ਹੀ, ਇੰਨੇ ਸ਼ਰਟ ਮਾਣੀ ਬਣੀ ਨਹੀਂ ਸਤਾਰੀ ਸ਼ਰਗਿਰਦ ਮੈਂ ਸੁਣਾ ਹੀ ਆਈ ਹੈ ਗੱਲ ਹੈ ਕੰਮ ਆ ਕੋ ਕਰਾਣੇ ਸ਼ਰਗਿਰਦ ਸਮਝੋ ਮੈਂ ਹੀ ਆਈ ਉਧਰ ਗਿਆ ਹਾਂ ਇਹ ਸਤਾਰਾ ਸ਼ਰਗਿਰਦ ਮੈਂ ਕੀ ਬਣਾਈ ਦਾ ਜੀ। ਇਹ ਹੁਣ ਮਾਰੋ ਥਾਈ ਕੱਪੜਾ ਹੀ ਮਾਰ ਦਿਓ ਨਾ, ਸਾਗ ਭਰੀ ਹੋਈਆਂ ਕੱਪੜਾ ਕੱਢੋ ਕੋਈ ਪਿਆ ਸੀ ਵੀ ਫੈਮਿਲੀ ਮੌਜੂਦ ਹੈ ਜੀ ਆਪਣੇ ਡਡਿਆਲ ਬਾਜ਼ਾਰ। ਅੱਜ ਤਾਂ ਕਿਸੇ ਆਖਰੀ ਤਿਉਹਾਰ ਹੈ, ਕੱਲ੍ਹ ਜੁਮਾ ਅਤੇ ਬਾਜ਼ਾਰ ਹੀ ਅਸੀਂ ਬੰਦ, ਇਸ ਟਾਈਮ ਆਵਾਮ ਸ਼ਾਪਿੰਗ ਵਗੈਰਾ ਕਰੀ ਰਿਹਾ ਤਾਂ ਹੁਣ ਆਈ ਗਿਆ ਜਾਮਨੂੰ, ਕਿਆ ਬਾਤ ਹੈ ਜੀ। ਹਾਂ ਜੀ ਭਾਅ ਜੀ ਫੈਮਿਲੀ ਜਾਮਨੂੰ ਆਈ ਗਿਆ, ਸੀਜ਼ਨ ਆਈ ਗਿਆ ਜਾਮਨੂੰ ਨਾਲ, ਬਾਕੀ ਜਿਹੜਾ ਜਾਮਨੂੰ ਕਿੰਨੇ ਆ ਭਾਅ ਨੂੰ ਕਿਆ ਬਾਤ, ਇੰਨਾ ਜਿਹੜਾ ਵੇਟ ਸੀ ਇੰਤਜ਼ਾਰ ਸੀ ਪਾ ਭਾਅ ਜੀ ਹੋਣਾ, ਰੋਟੀ ਖਾਈ ਨੂੰ ਮਾੜੀ ਗੱਲ ਹੈ ਇਹ ਭੂ ਨਿੱਕੇ ਨਾ ਪਾ ਭਾਅ ਜੀ ਕਾਲਾ ਲੂਣ ਹੈ ਕੋਣੇ ਇੱਕ ਚੱਕਰ ਆਉਣ ਨਾਲ ਚੱਕਰ ਰੋਟੀ ਖਾਣੀ ਤਾਂ ਮਾੜੀ ਗੱਲ ਸੀ ਮਿਹਰਬਾਨੀ ਲਾ ਲਾ ਕੱਢੋ ਨਾ ਹੋਰ ਬਾਈ ਦਿਓ ਅੱਧਾ ਕਿਲੋ ਹੋਰ ਅੱਧਾ ਕਿਲੋ ਕਰੋ ਕਿ ਕਬ ਹੈ ਰੇਟ 800 ਰੁਪਏ ਕਿਲੋ ਹੈ ਨੀ। ਯੂਟੀ ਫੈਮਿਲੀ ਮੌਜੂਦ ਹੈ ਜੀ ਡਡਿਆਲੇ, ਤੁਸੀਂ ਯੂਟੀ ਫੈਮਿਲੀ ਫਰਮਾਇਸ਼ ਕੀਤੀ ਸੀ ਕਿ ਡਡਿਆਲੇ ਦੇ ਜਿਹੜਾ ਚੰਗੇ ਸੂਟ ਚੱਕਰੋ ਉਹ ਵੀ ਜਿਹੜਾ ਹੈਵੀ ਮੋਤੀ ਸਾਰਿਆਂ ਨੇ, ਬਾਕੀ ਜਿਹੜਾ ਇਸ ਟਾਈਮ ਜਿੱਦਾਂ ਆਪਣੇ ਬਾਜ਼ਾਰ ਉਹ ਵੀ ਜਿਹੜਾ ਸੂਟ ਚੱਕਣੇ ਆਈ ਗਏ ਜੀ ਬੁਟੀਕ ਉੱਪਰ, ਬਾਕੀ ਵਨ ਵੇਕ ਮੌਜੂਦ ਆ। ਹਾਂਜੀ ਮੈਂ ਯੂਟੀ ਫੈਮਿਲੀ ਮੌਜੂਦ ਹਾਂ ਜੀ ਆਪਣੇ ਡਡਿਆਲ, ਅੱਜ ਡਡਿਆਲੇ ਅੰਦਰ ਜਿਹੜਾ ਮਹਿੰਗਾ ਸੋ ਮਹਿੰਗਾ ਕੱਪੜਾ ਤੱਕ ਰਿਹਾ ਉਹ ਵੀ ਜਿਹੜਾ ਫੈਂਸੀ ਉਸ ਜਿਹੜਾ ਡਿਜ਼ਾਇਨ ਚੱਕਰੋ ਇਹ ਸਾਈ ਜਿਹੜਾ ਨਾ ਹੋਈ ਚਾਹੀਦੇ ਸਨ, ਬਾਕੀ ਉਸ ਫਰਮਾਇਸ਼ ਕੀਤੀ ਸੀ ਕਿ ਦੱਸੋ ਹੈਵੀ ਕੱਪੜੇ ਇਹ ਹੁਣ ਜਿਹੜਾ ਨਾ 13.5 ਹਜ਼ਾਰ ਦਾ ਨਾਮ ਹੈ, ਉਸ ਤੋਂ ਬਾਅਦ ਜਿਹੜਾ ਸ਼ੀਸ਼ੇ ਨਹੀਂ ਬਾਕੀ ਮੋਤੀ ਸਤਾਰੇ ਲੱਗੇ ਚੱਕਰਾਉਣਾ, ਔਰ ਇਹ ਵੀ ਸੂਟ ਚੱਕ ਕੇ ਰਿਮਸ਼ਾਲੇ ਨੇ ਇਹ ਵੀ ਤਕਨੀਕ ਕਿਆ ਪਾਉਣੇ ਸੋਹਣੇ ਚੰਗੇ ਸੂਟ ਕਿਆ ਬਾਤ ਹੈ ਚੱਕਰੋ ਮਿਹਰਬਾਨੀ ਭਰਾ ਮਾਣਾ। ਹਾਂਜੀ ਮੈਂ ਯੂਟੀ ਫੈਮਿਲੀ ਬਿਰਿਆਨੀ ਚੱਕਰੋ ਨਾ ਨਾਲ ਹੀ ਰਾਇਤਾ ਓ ਹੋ। ਹਾਂਜੀ ਮੈਂ ਯੂਟੀ ਫੈਮਿਲੀ ਫੂਡ ਕਾਫੀ ਸਾਗ ਲੱਗੀ ਸੀ, ਮੈਂ ਸੋਚਿਆ ਜਿਹੜਾ ਨਾ ਬਿਰਿਆਨੀ ਖਾਈ ਦਿੰਦੇ ਹਾਂ ਅਤੇ ਜਿਹੜਾ ਨਾ ਘਰਾਂ ਨਾਲ ਸਫ਼ਰ ਕਰ ਲਿਆ ਬਾਕੀ ਚੱਕਰੋ ਜੇ ਨਾਲ ਹੀ ਚਾਵਲ ਨਾਲ ਹੀ ਗਈ ਹਾਂਜੀ ਮੈਂ ਯੂਟੀ ਫੈਮਿਲੀ ਆਈ ਗਿਆ ਜੀ ਦੁੱਲਾ ਐਂਡ ਦੁਲਨ, ਇਸ ਟਾਈਮ ਤੱਕੀ ਸੁਣਿਆ ਸੋਹਣੇ ਸੋਹਣੇ ਕੱਪੜੇ ਮਾਸ਼ਾਅੱਲਾ, ਜਿਹੜੇ ਮੈਂ ਵੈਸੇ ਕਿ ਅੱਜ ਉਸ ਫੈਮਿਲੀ ਫਰਮਾਇਸ਼ ਕੀਤੀ ਸੀ ਕਿ ਸੂਟ ਦੱਸੋ ਅਸੀਂ ਸ਼ਾਦੀ ਨੇ ਸੂਟ ਜਿਹਨੇ ਚੰਗੇ ਜਿਹੜਾ ਆਵਣ ਜਿਹੜੇ ਇਸ ਤਰ੍ਹਾਂ ਮਤਲਬ ਕਿ ਤਿਆਰ ਹੋਵਣ ਉਹਨਾਂ ਪਰ ਮੋਤੀ ਸਤਾਰੇ ਲੱਗੇ ਹੋਣ ਤਾਂ ਇੰਗਲੈਂਡ ਸਾਡੀ ਸ਼ਾਦੀ ਹੈ
ਸੂਟ ਵੀ ਜਿਹੜਾ ਚੰਗੇ ਸੋਹਣੇ ਵਨ ਇਸ ਟਾਈਮ ਤੱਕ ਹੁਣ ਲਹਿੰਗੇ ਸ਼ਹਿੰਗੇ ਤਾਂ ਇਹ ਸੂਟ ਮੈਂ ਚੱਕਤੇ ਨੇ ਐਸ ਲੱਭੀ ਜੀ ਅਸੀਂ 15 ਦਾ ਨਾ ਇਹ 25,000 20,000 ਬਾਇਆ ਭਾਈ ਯਾਰ ਚੈੱਕ ਕਰੋ ਨਾ ਪੈਂਚੇ ਕਢਾਈਆਂ ਛਈਆਂ ਇਹ ਚੈੱਕ ਕਰੋ ਸੋਹਣੇ ਸੋਹਣੇ ਸੂਟ ਇਹ ਤੱਕ 15,000 18,000 20,000 ਮੈਂ ਕਿ ਕਿਆ ਬਾਤ ਹੈ ਇਹ ਤੱਕ ਇਹ ਹੁਣ ਦੁਲਨ ਵਾਸਤੇ ਅੱਛਾ ਜੀ ਇੱਥੇ ਸੋਹਣੇ ਸੋਹਣੇ ਬੱਚਿਆਂ ਨੇ ਸੂਟ ਲੱਭੀ ਅਸਨ ਤੱਕ ਹੁਣ ਦੁਲਨ ਐਂਡ ਦੁਲਾ ਹਾਊਸ ਉੱਪਰ ਕੋਟੀਆਂ ਮੈਚਿੰਗ ਸੂਟ ਬੱਚਿਆਂ ਨੇ ਸੂਟ ਚੈੱਕ ਕਰੋ ਨਾ ਇਹ ਸ਼ਾਦੀਆਂ ਨੇ ਸੂਟ ਮੈਚਿੰਗ ਖੁਸੇ ਲਹਿੰਗੇ ਸ਼ਹਿੰਗੇ